ਹਾਂਜੀ, ਸਭ ਤੋਂ ਪਹਿਲਾਂ ਤਾਂ ਲਿਮਿਟਡ ਗਿਆਨ ਦੇਖ ਰਹੇ ਸਾਰੇ ਦੋਸਤਾਂ ਨੂੰ ਕੁਲਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜੇਕਰ ਗੱਲ ਕਰੀਏ ਧਮਕ ਬਿਸ ਵਾਲੇ ਮੁੱਖ ਮੰਤਰੀ ਦੀ, ਤਾਂ ਆਪਣੇ ਗਾਣਿਆਂ ਦੇ ਨਾਲ ਨਾਲ ਉਹ ਆਪਣੀ ਕਮੇਡੀ ਵੀਡੀਓਜ਼ ਦੇ ਨਾਲ ਵੀ ਆਪਣੇ ਫੈਨਸ, ਆਪਣੇ ਸਰੋਤਿਆਂ ਨੂੰ ਇੰਟਰਟੇਨ ਕਰਦੇ ਰਹਿੰਦੇ ਹਨ, ਅਤੇ ਉਹਨਾਂ ਦੇ ਹਰ ਇੱਕ ਨਵੇਂ ਗਾਣੇ ਦੇ ਆਉਣ ਤੋਂ ਪਹਿਲਾਂ ਉਸ ਗਾਣੇ ਦੇ ਨਾਲ ਰਿਲੇਟਡ ਕੋਈ ਨਾ ਕੋਈ ਫਨੀ ਵੀਡੀਓ ਵੀ ਸਾਹਮਣੇ ਆਉਂਦੀ ਰਹਿੰਦੀ ਹੈ। ਅੱਜ ਵੀ ਅਸੀਂ ਤੁਹਾਡੇ ਲਈ ਮੁੱਖ ਮੰਤਰੀ ਦੇ ਨਵੇਂ ਆ ਰਹੇ ਗਾਣੇ ਹਾਓ ਮੈਨੀ ਗਰਲਫ੍ਰੈਂਡਸ ਦੇ ਸ਼ੂਟ ਦੇ ਉੱਪਰ ਕੀਤੀ ਗਈ ਕੁਝ ਫਨੀ ਐਕਟੀਵਿਟੀਜ਼ ਦੀਆਂ ਵੀਡੀਓਜ਼ ਲੈ ਕੇ ਹਾਜ਼ਰ ਹੋਏ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਦੇ ਸਾਰੇ ਫੈਨਸ ਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਅਤੇ ਜਿਹੜੇ ਦੋਸਤ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈਲ ਵੀ ਜ਼ਰੂਰ ਔਨ ਕਰ ਲਓ, ਤਾਂ ਕਿ ਇਸ ਤਰ੍ਹਾਂ ਦੀਆਂ ਅਤੇ ਹੋਰ ਇੰਟਰਟੇਨਿੰਗ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਭ ਤੋਂ ਪਹਿਲਾਂ। ਸੋ ਤੁਹਾਡਾ ਹੋਰ ਸਮਾਂ ਨਾ ਲੈਂਦੇ ਹੋਏ ਚਲੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਮੁੱਖ ਮੰਤਰੀ ਦੀਆਂ ਇਹਨਾਂ ਵੀਡੀਓਜ਼ ਵੱਲ। ਹਾਂਜੀ ਮੰਤਰੀ ਸਾਹਿਬ, ਮੁੱਖ ਮੰਤਰੀ ਸਾਹਿਬ ਕਿੱਦਾਂ ਹੈ ਪੇਪਰ ਫਿਰ? ਪੇਪਰ ਬਹੁਤ ਵਧੀਆ, ਪੂਰਾ ਗੱਡ ਗਿਆ, ਕੋਈ ਪਰਾ ਨਹੀਂ ਛੱਡਿਆ। ਪਾਠਾਣੇ ਦੇ ਮੰਮੀ ਬਹੁਤ ਵਧੀਆ ਪੜਾਉਂਦੇ ਆਪਣੇ। ਠੀਕ ਹੈ ਜੀ, ਗੁੱਡ 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 ਬੁਆਏ ਤੁੰਦੇ। ਮੰਤਰੀ ਕਿਹੜਾ ਗਾਣਾ ਸ਼ੂਟ ਹੁੰਦਿਆ? ਕਿਹੜਾ ਗਾਣਾ ਸ਼ੂਟ ਹੁੰਦਿਆ? ਅੱਛਾ ਹਾਂਜੀ, ਹੋ ਗਿਆ ਸ਼ੂਟ ਡਨ? ਹਾਂਜੀ ਹਾਂਜੀ ਡਨ। ਕਦੋਂ ਆ ਰਿਹਾ ਫਿਰ ਗਾਣਾ? ਹਾਂਜੀ ਤੁਸੀਂ ਤਰੇਕ ਨੇ ਦੱਸੇ ਕਿਸੇ ਨੇ ਦੱਸੇ ਹਾਂਜੀ ਕਿਸੇ ਨੇ ਦੱਸੇ ਹਾਂ ਨੈਕਸਟ ਵੀਕ ਆ ਰਿਹਾ ਗਾਣਾ ਨਾ ਕਿਸੇ ਨੇ ਬਤਾਈ ਨੈਕਸਟ ਵੀਕ ਆ ਰਿਹਾ ਨੈਕਸਟ ਵੀਕ ਗਾਣਾ ਆ ਰਿਹਾ ਹਾਓ ਮੈਨੀ ਗਰਲਫ੍ਰੈਂਡ ਆਪਾਂ ਇੱਥੇ ਛੋੜ ਕਰਨਾ ਹੈ ਗਾਣੇ ਦਾ ਇੱਥੇ ਬਸ ਜੀ ਬੈਠੇ ਫੋੜਵਾਂ ਖਚਾਉਂਦਾ ਵੀਡੀਓ ਬਣਾਉਂਦਾ ਕਹਿੰਦੇ ਮੈਡਮ ਕੁੱਟਿਆ ਬੜਾ ਜੀ ਤੁਸੀਂ ਮੰਤਰੀ ਨੂੰ ਕੀ ਗੱਲ ਹੋਈ ਸਾਰੀ ਗਰਲਫ੍ਰੈਂਡ ਪਕੜ ਲਈ ਸੀ ਮੈਨੇ ਅੱਜ ਗਾਣੇ ਆ ਮੰਤਰੀ ਕਿੰਨੇ ਨਾਲ ਦੀਆਂ ਦਰੀਆਂ ਮੇਰੇ ਇਹ 4-5 4-5 ਝੂਠ 15